ਅੱਜ ਉੱਥੇ ਏਅਰਪੋਰਟ ਤੇ ਕਹਿੰਦੇ ਜੀ ਅੰਮ੍ਰਿਤਪਾਲ ਦੀ ਘਰਵਾਲੀ ਨੂੰ ਕੁੜੀ ਨੂੰ ਰੋਕ ਕੇ ਵਾਪਸ ਭੇਜਤਾ, ਹੋਰ ਚਾਹੇ ਕੋਈ ਬੋਲੇ ਚਾਹੇ ਨਾ ਬੋਲੇ। ਲੇਕਿਨ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਇੱਕ ਮਹੀਨਾ ਉਹ ਘਰੇ ਸੀਗੀ, ਜੇ ਕੋਈ ਗਲਤ ਉਹਦੀ ਗੱਲ ਸੀਗੀ ਤਾਂ ਫੜ ਲੈਂਦੇ, ਹੁਣ ਕਾਹਦੇ ਵਾਸਤੇ ਉੱਥੇ ਤੇ ਮੋੜੀ ਆ ਵੀ। ਧੀਆਂ ਭੈਣਾਂ ਤਾਂ ਸਭ ਦੇ ਸਾਂਝੀ ਆਉਂਦੀਆਂ, ਬੰਦਿਆਂ ਦੀ ਲੜਾਈ ਆ, ਬੰਦਿਆਂ ਵਾਂਗੂ ਲੜ ਲਓ। ਉਹਦੀ ਘਰਵਾਲੀ ਨੂੰ ਕਾਹਦੇ ਵਾਸਤੇ ਤੰਗ ਕਰਦੇ ਹੋ, ਉਹਦਾ ਕਿਆ ਕਸੂਰ ਹੈ ਵਿਚਾਰੀ ਦਾ? ਬਾਹਰ ਦੀ ਸਿੱਧੀ ਜਿਹਨੇ ਤੁਹਾਨੂੰ ਕੁਛ ਕਿਹਾ ਨਹੀਂ, ਵਿਆਹ ਕਰਾਇਆ ਕਸੂਰ ਹੋ ਗਿਆ। ਅੱਜ ਉੱਥੇ ਏਅਰਪੋਰਟ ਤੇ ਕਹਿੰਦੇ ਜੀ ਅੰਮ੍ਰਿਤਪਾਲ ਦੀ ਘਰਵਾਲੀ ਨੂੰ ਕੁੜੀ ਨੂੰ ਰੋਕ ਕੇ ਵਾਪਸ ਭੇਜਤਾ, ਹੋਰ ਚਾਹੇ ਕੋਈ ਬੋਲੇ ਚਾਹੇ ਨਾ ਬੋਲੇ। ਲੇਕਿਨ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਇੱਕ ਮਹੀਨਾ ਉਹ ਘਰੇ ਸੀਗੀ, ਜੇ ਕੋਈ ਗਲਤ ਉਹਦੀ ਗੱਲ ਸੀਗੀ ਤਾਂ ਫੜ ਲੈਂਦੇ, ਹੁਣ ਕਾਹਦੇ ਵਾਸਤੇ ਉੱਥੇ ਤੇ ਮੋੜੀ ਆ ਵੀ। ਧੀਆਂ ਭੈਣਾਂ ਤਾਂ ਸਭ ਦੇ ਸਾਂਝੀ ਆਉਂਦੀਆਂ, ਬੰਦਿਆਂ ਦੀ ਲੜਾਈ ਆ, ਬੰਦਿਆਂ ਵਾਂਗੂ ਲੜ ਲਓ। ਉਹਦੀ ਘਰਵਾਲੀ ਨੂੰ ਕਾਹਦੇ ਵਾਸਤੇ ਤੰਗ ਕਰਦੇ ਹੋ, ਉਹਦਾ ਕਿਆ ਕਸੂਰ ਹੈ ਵਿਚਾਰੀ ਦਾ? ਬਾਹਰ ਦੀ ਸਿੱਧੀ ਜਿਹਨੇ ਤੁਹਾਨੂੰ ਕੁਛ ਕਿਹਾ ਨਹੀਂ, ਵਿਆਹ ਕਰਾਇਆ ਕਸੂਰ ਹੋ ਗਿਆ। ਅੱਜ ਉੱਥੇ ਏਅਰਪੋਰਟ ਤੇ ਕਹਿੰਦੇ ਜੀ ਅੰਮ੍ਰਿਤਪਾਲ ਦੀ ਘਰਵਾਲੀ ਨੂੰ ਕੁੜੀ ਨੂੰ ਰੋਕ ਕੇ ਵਾਪਸ ਭੇਜਤਾ, ਹੋਰ ਚਾਹੇ ਕੋਈ ਬੋਲੇ ਚਾਹੇ ਨਾ ਬੋਲੇ। ਲੇਕਿਨ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਇੱਕ ਮਹੀਨਾ ਉਹ ਘਰੇ ਸੀਗੀ, ਜੇ ਕੋਈ ਗਲਤ ਉਹਦੀ ਗੱਲ ਸੀਗੀ ਤਾਂ ਫੜ ਲੈਂਦੇ, ਹੁਣ ਕਾਹਦੇ ਵਾਸਤੇ ਉੱਥੇ ਤੇ ਮੋੜੀ ਆ ਵੀ। ਧੀਆਂ ਭੈਣਾਂ ਤਾਂ ਸਭ ਦੇ ਸਾਂਝੀ ਆਉਂਦੀਆਂ, ਬੰਦਿਆਂ ਦੀ ਲੜਾਈ ਆ, ਬੰਦਿਆਂ ਵਾਂਗੂ ਲੜ ਲਓ। ਉਹਦੀ ਘਰਵਾਲੀ ਨੂੰ ਕਾਹਦੇ ਵਾਸਤੇ ਤੰਗ ਕਰਦੇ ਹੋ, ਉਹਦਾ ਕਿਆ ਕਸੂਰ ਹੈ ਵਿਚਾਰੀ ਦਾ? ਬਾਹਰ ਦੀ ਸਿੱਧੀ ਜਿਹਨੇ ਤੁਹਾਨੂੰ ਕੁਛ ਕਿਹਾ ਨਹੀਂ, ਵਿਆਹ ਕਰਾਇਆ ਕਸੂਰ ਹੋ ਗਿਆ। ਅੱਜ ਉੱਥੇ ਏਅਰਪੋਰਟ ਤੇ ਕਹਿੰਦੇ ਜੀ ਅੰਮ੍ਰਿਤਪਾਲ ਦੀ ਘਰਵਾਲੀ ਨੂੰ ਕੁੜੀ ਨੂੰ ਰੋਕ ਕੇ ਵਾਪਸ ਭੇਜਤਾ, ਹੋਰ ਚਾਹੇ ਕੋਈ ਬੋਲੇ ਚਾਹੇ ਨਾ ਬੋਲੇ। ਲੇਕਿਨ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਇੱਕ ਮਹੀਨਾ ਉਹ ਘਰੇ ਸੀਗੀ, ਜੇ ਕੋਈ ਗਲਤ ਉਹਦੀ ਗੱਲ ਸੀਗੀ ਤਾਂ ਫੜ ਲੈਂਦੇ, ਹੁਣ ਕਾਹਦੇ ਵਾਸਤੇ ਉੱਥੇ ਤੇ ਮੋੜੀ ਆ ਵੀ। ਧੀਆਂ ਭੈਣਾਂ ਤਾਂ ਸਭ ਦੇ ਸਾਂਝੀ ਆਉਂਦੀਆਂ, ਬੰਦਿਆਂ ਦੀ ਲੜਾਈ ਆ, ਬੰਦਿਆਂ ਵਾਂਗੂ ਲੜ ਲਓ। ਉਹਦੀ ਘਰਵਾਲੀ ਨੂੰ ਕਾਹਦੇ ਵਾਸਤੇ ਤੰਗ ਕਰਦੇ ਹੋ, ਉਹਦਾ ਕਿਆ ਕਸੂਰ ਹੈ ਵਿਚਾਰੀ ਦਾ? ਬਾਹਰ ਦੀ ਸਿੱਧੀ ਜਿਹਨੇ ਤੁਹਾਨੂੰ ਕੁਛ ਕਿਹਾ ਨਹੀਂ, ਵਿਆਹ ਕਰਾਇਆ ਕਸੂਰ ਹੋ ਗਿਆ। ਅੱਜ ਉੱਥੇ ਏਅਰਪੋਰਟ ਤੇ ਕਹਿੰਦੇ ਜੀ ਅੰਮ੍ਰਿਤਪਾਲ ਦੀ ਘਰਵਾਲੀ ਨੂੰ ਕੁੜੀ ਨੂੰ ਰੋਕ ਕੇ ਵਾਪਸ ਭੇਜਤਾ, ਹੋਰ ਚਾਹੇ ਕੋਈ ਬੋਲੇ ਚਾਹੇ ਨਾ ਬੋਲੇ। ਲੇਕਿਨ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਇੱਕ ਮਹੀਨਾ ਉਹ ਘਰੇ ਸੀਗੀ, ਜੇ ਕੋਈ ਗਲਤ ਉਹਦੀ ਗੱਲ ਸੀਗੀ ਤਾਂ ਫੜ ਲੈਂਦੇ, ਹੁਣ ਕਾਹਦੇ ਵਾਸਤੇ ਉੱਥੇ ਤੇ ਮੋੜੀ ਆ ਵੀ। ਧੀਆਂ ਭੈਣਾਂ ਤਾਂ ਸਭ ਦੇ ਸਾਂਝੀ ਆਉਂਦੀਆਂ, ਬੰਦਿਆਂ ਦੀ ਲੜਾਈ ਆ, ਬੰਦਿਆਂ ਵਾਂਗੂ ਲੜ ਲਓ। ਉਹਦੀ ਘਰਵਾਲੀ ਨੂੰ ਕਾਹਦੇ ਵਾਸਤੇ ਤੰਗ ਕਰਦੇ ਹੋ, ਉਹਦਾ ਕਿਆ ਕਸੂਰ ਹੈ ਵਿਚਾਰੀ ਦਾ? ਬਾਹਰ ਦੀ ਸਿੱਧੀ ਜਿਹਨੇ ਤੁਹਾਨੂੰ ਕੁਛ ਕਿਹਾ ਨਹੀਂ, ਵਿਆਹ ਕਰਾਇਆ ਕਸੂਰ ਹੋ ਗਿਆ। ਅੱਜ ਉੱਥੇ ਏਅਰਪੋਰਟ ਤੇ ਕਹਿੰਦੇ ਜੀ ਅੰਮ੍ਰਿਤਪਾਲ ਦੀ ਘਰਵਾਲੀ ਨੂੰ ਕੁੜੀ ਨੂੰ ਰੋਕ ਕੇ ਵਾਪਸ ਭੇਜਤਾ, ਹੋਰ ਚਾਹੇ ਕੋਈ ਬੋਲੇ ਚਾਹੇ ਨਾ ਬੋਲੇ। ਲੇਕਿਨ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਇੱਕ ਮਹੀਨਾ ਉਹ ਘਰੇ ਸੀਗੀ, ਜੇ ਕੋਈ ਗਲਤ ਉਹਦੀ ਗੱਲ ਸੀਗੀ ਤਾਂ ਫੜ ਲੈਂਦੇ, ਹੁਣ ਕਾਹਦੇ ਵਾਸਤੇ ਉੱਥੇ ਤੇ ਮੋੜੀ ਆ ਵੀ। ਧੀਆਂ ਭੈਣਾਂ ਤਾਂ ਸਭ ਦੇ ਸਾਂਝੀ ਆਉਂਦੀਆਂ, ਬੰਦਿਆਂ ਦੀ ਲੜਾਈ ਆ, ਬੰਦਿਆਂ ਵਾਂਗੂ ਲੜ ਲਓ। ਉਹਦੀ ਘਰਵਾਲੀ ਨੂੰ ਕਾਹਦੇ ਵਾਸਤੇ ਤੰਗ ਕਰਦੇ ਹੋ, ਉਹਦਾ ਕਿਆ ਕਸੂਰ ਹੈ ਵਿਚਾਰੀ ਦਾ? ਬਾਹਰ ਦੀ ਸਿੱਧੀ ਜਿਹਨੇ ਤੁਹਾਨੂੰ ਕੁਛ ਕਿਹਾ ਨਹੀਂ, ਵਿਆਹ ਕਰਾਇਆ ਕਸੂਰ ਹੋ ਗਿਆ।